ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਉਣ ਦੇ ਲਈ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਲੇਕਿਨ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਫਰੀਡਮ ਫਾਈਟਰ ਆਪਣਾ ਗੁਜ਼ਰ ਬਸਰ ਕਿਵੇਂ ਕਰ ਰਹੇ ਹਨ, ਅੱਜ ਇਹ ਸਭ ਦਿਖਾਉਣ ਦੇ ਲਈ ਅਸੀਂ ਤੁਹਾਨੂੰ ਪਿੰਡ ਕਾਨਪੁਰ ਵਿਖੇ ਲੈ ਕੇ ਜਾ ਰਹੇ ਹਾਂ। ਕਿਵੇਂ ਲੱਗਦਾ ਜਦੋਂ ਦਾਦਾ ਜੀ ਉਹ ਰੀਅਲ ਕਹਾਣੀਆਂ ਸੁਣਾਉਂਦੇ? ਆਪਾਂ ਸੁਣਦੇ ਤਾਂ ਆਏ ਅਕਸਰ, ਸਾਡੇ ਜਿਹੜੇ ਬਜ਼ੁਰਗ ਹੈ ਜਾਂ ਉਹ ਕਹਾਣੀਆਂ ਸੁਣਾਉਂਦੇ ਸੀ, ਪਰ ਤੁਹਾਡੇ ਦਾਦਾ ਜੀ ਉਹ ਕਹਾਣੀਆਂ ਸੁਣਾਉਂਦੇ ਨੇ ਜੋ ਉਹਨਾਂ ਨਾਲ ਬੀਤੀ ਹੈ, ਉਹ ਕਿਵੇਂ ਲੱਗਦਾ ਉਸ ਵੇਲੇ? ਸਾਨੂੰ ਪਹਿਲੇ ਤਾਂ ਵਿਸ਼ਵਾਸ ਨਹੀਂ ਹੁੰਦਾ ਸੀ, ਫਿਰ ਸਾਨੂੰ ਕਹਾਣੀਆਂ ਸੁਣਾਉਂਦੇ, ਫਿਰ ਸਾਨੂੰ ਲੱਗਿਆ ਕਿ ਦਾਦੇ ਸਾਡੇ ਮਤਲਬ ਉਹਨਾਂ ਨੇ ਆਪਣੇ ਦੇਸ਼ ਲਈ ਕਿੰਨਾ ਕੁਛ ਕੀਤਾ। ਅਤੇ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਤੁਹਾਨੂੰ ਲੋਕ ਜਾਣਦੇ ਵੀ ਦਾਦਾ ਜੀ ਤੁਹਾਡੇ ਫਰੀਡਮ ਫਾਈਟਰ ਰਹੇ ਆ, ਦੇਸ਼ ਦੀ ਆਜ਼ਾਦੀ ਵਾਸਤੇ ਯੋਗਦਾਨ? ਅੱਛਾ ਲੱਗਦਾ ਕਿ ਸਾਡੇ ਦਾਦਾ ਜੀ ਫਰੀਡਮ ਫਾਈਟਰ ਦੇ, ਅਗਰ ਉਹ ਫਰੀਡਮ ਫਾਈਟਰ, ਅਗਰ ਅਸੀਂ ਵੀ ਪੜ੍ਹਾ ਲਿਖਾ ਕੇ ਅਸੀਂ ਵੀ ਅੱਗੇ ਕੁਛ ਬਣਾਂਗੇ। ਉਹਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਹੀ ਜ਼ਿਆਦਾ ਯੋਗਦਾਨ ਦਿੱਤਾ, ਆਪਣੇ ਤਨ ਮਨ ਨਾਲ ਉਹਨਾਂ ਦੇਸ਼ ਦੀ ਸੇਵਾ ਕੀਤੀ ਹੈ। ਤਾਂ ਸਾਨੂੰ ਵੀ ਬਹੁਤ ਅੱਛਾ ਫੀਲ ਹੁੰਦਾ ਕਿ ਬਾਹਰੋਂ ਬੰਦੇ ਆ ਕੇ ਚਲੋ ਉਹਨਾਂ ਦਾ ਸਨਮਾਨ ਕਰਦੇ ਹੈ, ਕੁਛ ਕਰਦੇ ਆ, ਪਰ ਥੋੜ੍ਹਾ ਡੋਟ ਵੀ ਹੈ ਕਿ 15 ਅਗਸਤ ਔਰ 26 ਜਨਵਰੀ ਤੋਂ ਇਲਾਵਾ ਕੋਈ ਬਾਤ ਉਹਨਾਂ ਨੂੰ ਪੁੱਛਦਾ ਨਹੀਂ, ਨਾ ਤਾਂ ਸਾਡੇ ਭਰਾਵਾਂ ਨੂੰ ਨੌਕਰੀ ਹੈ ਨਾ ਸਾਨੂੰ ਹੈ, ਅਤੇ ਇੱਦਾਂ ਹੀ ਆਪਣਾ ਜੀਵਨ ਬਸਰ ਕਰ ਰਹੇ ਹਾਂ ਅਸੀਂ। ਬਾਕੀ ਠੀਕ ਹੈ, ਦੇਸ਼ ਵਾਸਤੇ ਜੋ ਉਹਨਾਂ ਨੇ ਬਲੀਦਾਨ ਦਿੱਤਾ ਬਹੁਤ ਅੱਛਾ, ਔਰ ਸਾਨੂੰ ਬਹੁਤ ਬਹੁਤ ਮਾਣ ਉਹਨਾਂ 'ਤੇ। ਆਜ਼ਾਦੀ ਵਿੱਚ ਤਾਂ ਸੰਘਰਸ਼ ਬਥੇਰਾ ਹੁੰਦਾ, ਉਹ ਸਭ ਕੁਛ ਕੀਤਾ ਉਹਨਾਂ ਨੇ, ਬਹੁਤ ਜ਼ਿਆਦਾ ਸੰਘਰਸ਼ ਹੁੰਦਾ, ਤਾਂ ਹੀ ਕਰਕੇ ਆਜ਼ਾਦੀ ਮਿਲੀ, ਅਤੇ ਆਜ਼ਾਦੀ ਵੀ ਮਿਲ ਗਈ, ਸਭ ਕੁਛ ਮਿਲ ਗਿਆ ਉਹਦੇ ਵਾਸਤੇ। ਚਲੋ ਪੈਨਸ਼ਨ ਉਹਨਾਂ ਨੂੰ ਮਿਲਦੀ ਹੈ, ਪਰ ਅੱਗੇ ਉਹਦੇ ਜਿਹੜੇ ਬੱਚੇ, ਉਹਦਾ ਅੱਗੇ ਭਵਿੱਖ, ਉਹ ਕਿਸੇ ਨੇ ਦੇਖਿਆ ਹੀ ਨਹੀਂ। ਸਨਮਾਨਿਤ ਕਰਦੀ ਹੈ ਸਰਕਾਰ 15 ਅਗਸਤ ਆਉਂਦੀ ਹੈ ਜਾਂ ਕੋਈ ਹੋਰ ਦਿਹਾੜਾ ਆਉਂਦਾ, ਜਾਂ ਉਸ ਤੋਂ ਬਾਅਦ ਵੀ ਸਾਰ ਲੈਂਦੇ? ਨਹੀਂ, ਆਹ ਸਨਮਾਨਿਤ ਕਰਨੇ 15 ਅਗਸਤ ਅਤੇ 26 ਜਨਵਰੀ, ਜਾਂ ਇੱਕ ਵਾਰ ਮੋਦੀ ਜੀ ਨੇ ਬੁਲਾਇਆ ਹੈ ਉਦੋਂ, ਅਤੇ ਬਸ ਉਸ ਤੋਂ ਬਾਅਦ 15 ਅਗਸਤ 26 ਜਨਵਰੀ ਨੂੰ ਸੱਦਦੇ ਆ ਸਾਰੇ, ਅਤੇ ਉਸ ਤੋਂ ਬਾਅਦ ਕੋਈ ਖਬਰ ਨਹੀਂ ਲੈਂਦਾ। ਹੁਣ ਬਿਮਾਰ ਵੀ ਕਿੰਨੇ ਹੋਏ ਆ, ਮਤਲਬ ਹੁੰਦਾ ਹੀ ਹੈ ਕਿ ਚਲੋ ਪਤਾਦਾਰੀ, ਅਤੇ ਕੋਈ ਕੁਛ ਨਹੀਂ, ਬਸ 15 ਅਗਸਤ ਨੂੰ ਹੀ ਆਉਣਾ ਅਤੇ 26 ਜਨਵਰੀ ਨੂੰ ਉਹਦੇ ਬੱਚਿਆਂ ਦਾ ਭਵਿੱਖ, ਕੁਛ ਨਹੀਂ। ਚਲੋ ਪੁੱਤਰ ਵੀ ਜਿੱਦਾਂ ਕਿੱਦਾਂ ਹੋ ਗਏ, ਚਲੋ ਹੁਣ ਪੋਤਰੂ ਪੋਤਰੀਆਂ ਨੇ ਉਹਨਾਂ ਹੀ ਕੋਈ ਉਹਦੇ ਲਈ ਕੁਛ ਸੋਚਿਆ ਜਾਏ। 2012 'ਚ ਮੇਰੀ ਸ਼ਾਦੀ ਹੋਈ, ਅਤੇ ਜਦੋਂ ਅਸੀਂ ਮਤਲਬ ਮੇਰੀ ਸ਼ਾਦੀ 2012 'ਚ ਹੋਈ ਅਤੇ ਅਸੀਂ ਇੱਧਰ ਆਏ ਹਾਂ, ਅਤੇ ਸਾਡੇ ਜਿਹੜੇ ਨੇ ਇਹ ਮੇਰੇ ਸਸੁਰ ਲੱਗਦੇ ਆ ਨਾ, ਅਤੇ ਇਹ ਫਰੀਡਮ ਫਾਈਟਰ ਨੇ, ਅਤੇ ਪਾਪਾ ਹੀ ਅਸੀਂ ਨਾ ਬੜੀ ਵਾਰੀ ਸੁਣਾਉਂਦੇ ਹੁੰਦੇ ਸੀ ਕਿ ਮਤਲਬ ਅਸੀਂ ਅੰਦੋਲਨ ਲੜਿਆ, ਬੜਾ ਸੰਘਰਸ਼ ਕੀਤਾ ਦੇਸ਼ ਦੀ ਆਜ਼ਾਦੀ ਇਸ ਹੈ, ਮਤਲਬ ਕਿ ਜਿੰਨੀ ਵੀ ਹੋ ਸਕਦੀ ਸੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕੀਤੀ, ਤਾਂ ਮਤਲਬ ਸਮਝ ਲਓ ਕਿ ਪੂਰਾ ਸਹਿਯੋਗ ਹੈ ਸਾਡੇ ਪਾਪਾ ਜੀ ਦਾ ਆਜ਼ਾਦੀ ਵਿੱਚ। ਮਗਰ ਜਿਹੜਾ ਕਿ ਸਹਿਯੋਗ ਮਤਲਬ ਇਹਨਾਂ ਦੀ ਤਾਂ ਫਰੀਡਮ ਫਾਈਟਰ ਹੈ ਜੋ ਹੋਣਾ ਚਾਹੀਦਾ ਨਾ, ਕਿ ਉਹ ਹੈ ਨਹੀਂ ਹੈ, ਕੋਈ ਪੁੱਛਦਾ ਨਹੀਂ, ਮੰਗਦਾ ਨਹੀਂ, ਸਿਰਫ ਇੱਕ 15 ਅਗਸਤ ਹੀ ਹੈ ਜਿਹਦੇ ਉੱਪਰ ਚਲੋ ਪਾਪਾ ਜੀ ਸਨਮਾਨਿਤ ਕੀਤਾ ਜਾਂਦਾ, ਉਹਦੇ ਬਾਅਦ ਫਿਰ ਕੋਈ ਵੀ ਨਹੀਂ, ਪੂਰਾ ਸਾਲ ਬੀਤੀਂਦਾ ਮਤਲਬ, ਫਿਰ ਕੋਈ ਵੀ ਨਹੀਂ ਆਉਂਦਾ ਪੁੱਛਣ ਜਾਂ ਮੰਗਣ ਕਿ ਹਾਂ ਫਰੀਡਮ ਫਾਈਟਰ ਕਿਹੋ ਦੇ ਹੈ ਜਾਂ ਕਿਹੋ ਦੇ ਨਹੀਂ ਹੈ, ਜਾਂ ਉਹਦੇ ਬੱਚੇ ਕਿਸ ਤਰੀਕੇ ਨਾਲ ਰਹਿ ਰਹੇ ਹੈ, ਜਾਂ ਉਹ ਕਿਸ ਤਰੀਕੇ ਨਾਲ ਰਹਿ ਰਹੇ ਹੈ। ਅਸੀਂ ਸਾਰੇ ਮਤਲਬ ਕਿ ਦਿਹਾੜੀ ਲਾਉਂਦੇ, ਸਮਝ ਲਓ ਆਪਣਾ ਗੁਜ਼ਾਰਾ ਕਰਨੇ ਉਹਨੇ, ਜਿਹੜੇ ਵੀ ਇਹਦੇ ਬੱਚੇ ਆ ਨਾ ਉਹ ਸਾਰੇ ਹੀ,
ਦਿਹਾੜੀ ਲਾਉਂਦੇ ਆ ਤੇ ਆਪਣਾ ਗੁਜ਼ਾਰਾ ਕਰਦੇ ਆ। ਫਰੀਡਮ ਫਾਈਟਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਪਰ ਜੇਕਰ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਕੋਈ ਸਰਕਾਰੀ ਨੌਕਰੀ ਦੇ ਦੇਵੇ ਤਾਂ ਉਹਨਾਂ ਦੀ ਅਗਲੀ ਜ਼ਿੰਦਗੀ ਵੀ ਇੱਕ ਵਧੀਆ ਢੰਗ ਨਾਲ ਬੀਤ ਸਕਦੀ ਹੈ।